असलामुअलैकुम भाई रिजवान आए हैं साढ़े घर। पहले तो पूछ लिए भाई तो हाल चाल की हाल चाल है, ठीक ठाक हो, सेहत भी है ठीक है। तो भाई रिजवान आए हैं, भाई रिजवान की कर आए हो साढ़े घर, मेरी होस्टिंग करा पक्की गल है। चलो जी आओ जी मेरे नाल फिर अज भाई हरी कहते हैं भाई हरी कहते होस्टिंग करनी है। मैं चलो कोई मसला नहीं, फिलहाल चलने भाई होर नाल लैके चलने जो भाई होर पसंद आ गई चाड़ छड़ा बाकी नहीं तो ना सही ठीक है ना भाई। भाई जान अस जा रहे हैं पैलियां शैलियां वाल पिछे लगी है कनक शनक बाल डंडे मार के ना चले रहे मेनू है इज्जत है मेरी हेलो आई कह भी छेड़ के टुर गया रे लो जी भाजी है साढ़े बाजवा साहब ने। और बाजवा जी क्या हाल है, ठीक हो? शुक्र है अल्लाह दा। कितलू आ रहे हो बाजवा जी? चलिए बाबा जी बहुत शुक्रिया भाजी, ठीक है जी भाव ने बड़ा वधिया इंट्रोड्यूस किया। भाजी वेखो साडी गली ए गलियां ने साडियां इत्थे ही फिरदे टुरदे आ वड्डे होए आ इत्थे ही खेडदे खूडदे आ जी जी वड्डे आ। चलो भाई चलिए दरबार वाल, भाई हरी कहंदे ने चलने आ ते आओ जी तां लेके चलिए दरबार ते जाके तुहानू हाने आ फिर नहीं नहीं नाल ही जाना जी साडे नाल ही आहो ਉਹਨਾਂ ਨੂੰ ਗੱਡੀ ਤੇ ਆ ਦੇਣਾ ਆ ਜਾਣਾ ਗੱਡੀ ਕਿਉਂ ਖੋਤਾ ਰੇੜੀ ਨਹੀਂ ਹੈ ਉਹ ਸੌਰੀ ਭਾਈ ਭਾਈ ਅਸੀਂ ਜਾਣਾ ਤੇ ਆਹੀ ਉਹ ਸਾਈਡ ਵਾਲ ਤੇ ਬਾਕੀ ਉਹ ਨਹੀਂ ਪਰ ਉੱਧਰ ਦਾ ਵਿਊ ਨਹੀਂ ਵਾਹੀਦਾ ਫਿਰ ਆ ਜਾ ਚਲੀਏ ਭਾਜੀ ਇੱਧਰ ਚਲੀਏ ਜੀ ਤੂੰ ਮੈਂ ਬੋਲਾਂ ਫਿਰ ਮੇਰਾ ਕਾਰ ਜੀ ਤੂੰ ਬੋਲ ਫਿਰ ਆਪਣਾ ਅੱਛਾ ਭਾਜੀ ਮਾਦਰਤ ਨਹੀਂ ਮੇਰੀ ਸਹਾਰ ਹੈ ਸਹਾਓ ਸਹਾਓ ਆ ਜੀ ਜੀ ਆ ਬੋਲ ਕੇ ਮੇਰਾ ਅੱਜ ਪਹਿਲਾ ਵਲਾ ਭਾਜੀ ਅੱਜ ਮੇਰਾ ਪਹਿਲਾ ਵਲਾ ਗਿਆ ਅੱਜ ਮੇਰੀ ਖੁਸ਼ੀ ਦੀ ਇੰਤਹਾ ਨਹੀਂ ਆ ਰਿਹਾ ਉਹ ਆ ਭਾਰੀ ਵੀ ਆ ਜੀ नानी नु भी गपशप कर लांगे नानी नु आखांगे नानी उस दिन तू झूठा समझा अज सच्ची मुची हो रहा जी ओ कार उत्ते खो गए मेरे को भी ओ भाई होरी भी आ जाए बिच आ जाओ लो जी भाजी अस आ गए अपनी नानी दे कोल ते नानी साहब नानी की हाल है, ठीक हो? ठीक ठाक दम कर की हाल है सारे ਹੁੰਦਾ ਜੇ ਮੇਰੀ ਵੀਡੀਓ ਪਸੰਦ ਆਈ ਪਿਛਲੇ ਮੇਰੀ ਮੈਨੂੰ ਮੇਰੀ ਵੀਡੀਓ ਪਸੰਦ ਆਈ ਬੇਟਾ ਬੇਟਾ ਮੇਰੀ ਪਸੰਦ ਆਈ ਤੇ ਮੇਰੀ ਵੀਡੀਓ ਜੇ ਆਈ ਤਾਂ ਕਮੈਂਟ ਕਰੋ ਹਾਂ ਕਮੈਂਟ ਕਰੋ ਹੋਰ ਜੋ ਗੱਲ ਮੇਰੇ ਕੋ ਪੁੱਟ ਕੇ ਆਂਦਾ ਹੋਰ ਕੀ ਕਮੈਂਟ ਨਾਨੀ ਮੇਰੇ ਘਰ ਆ ਕਿਉਂ ਮੈਨੂੰ ਨਹੀਂ ਆਦਾ ਕਮੈਂਟ ਕਮੈਂਟ चलिए मामे बैठे मामे नै अपने दरबार ते अपना नहीं है बाबा सिंह शाह दा किदा है अच्छा ऐ बच्चन शाह खेलने गेंद बैट
ਗੇਂਦ ਬੈਟ ਇੱਥੋਂ ਮਾਰਨੇ ਹਾਂ ਤੇ ਉੱਥੇ ਜਾਂਦਾ ਸੀ ਭਾਅ ਜੀ, ਉੱਥੋਂ ਮਾਰਨੇ ਹਾਂ ਤੇ ਫਿਰ ਇੱਥੇ ਆਉਂਦਾ ਸੀ। ਰੈਸਿਸਟੈਂਸ ਪਾਰਟ ਨਹੀਂ ਸਮਝ ਆ ਰਿਹਾ ਬਾਬਾ ਜੀ, ਕਿੱਥੇ ਕੀ ਲੱਗਿਆ ਹੁੰਦਾ ਸੀ? ਉਹ ਉੱਥੇ ਭਾਅ ਜੀ ਲੱਗੀ ਹੁੰਦੀ ਸੀ ਸਾਡੇ ਮਾਮੇ ਦੀ ਰੇਹੜੀ। ਮਾਮਾ ਹੁਣ ਮਾਮੇ ਦਾ ਪ੍ਰੋਗਰਾਮ ਬੜੇ ਹੈ ਮਾਮਾ। ਇਹ ਕੌਣ? ਹੈਲੋ ਬਾਈ, ਕੀ ਹਾਲ ਹੈ? ਭਾਈ ਹਰੇ ਵੇ ਨਾ ਗੰਡੇ ਛਪਾਉਣ ਲੱਗੇ ਨੇ, ਗੰਡੇ ਕੋਨੇ। ਇਹ ਤਾਂ ਗਜਬ ਬੇਇੱਜ਼ਤੀ ਹੋ ਗਈ ਭਾਈ ਯਾਰ, ਕੋਈ ਸਲਾਮ ਦਾ ਜਵਾਬ ਹੀ ਨਹੀਂ ਦਿੱਤਾ। ਚਲੋ ਖੈਰ, ਇਹ ਤਾਂ ਹੀ ਤਲਾ ਆ ਗਿਆ ਵਾ, ਇਹ ਸੋਹਣਾ ਆ ਰਿਹਾ ਵਾ। ਇੱਧਰ ਵੇਖਿਆ ਕਰ ਮੇਰਾ ਨਾਮ ਹੈਗਾ। ਅੱਛਾ, ਹੋਰ ਪੁੱਛ ਕੋਈ ਹਾਲ ਕੀ ਕਰਦਾ? ਤੇ ਮੈਂ ਪੁੱਛਣਾ ਬਾਬਾ ਜੀ ਸਾਰਿਆਂ ਨੂੰ ਇਹ ਸੀ ਕਿ ਕੀ ਹਾਲ ਚਾਲ ਹੈ ਤੁਹਾਡਾ ਤੇ ਕੀ ਕਰਦੇ ਪਏ ਅੱਜ ਕੱਲ੍ਹ? ਮਿਹਰਬਾਨੀ ਕਰ, ਸਾਡੇ 546 ਹੋ ਗਏ ਨੇ, 600 ਦੇ ਨਜ਼ਦੀਕ। ਕੀ ਕਰਾਈਏ ਭਾਅ ਜੀ? ਦੂਸਰੀ ਬੇਹਤਰੀਨ ਕੀ ਆਂਦੇ ਹੋ? ਦੂਸਰੀ ਜਿਹੜੀ ਤੁਹਾਡਾ ਹੈ ਨਾ ਸ਼ਰਤ, ਉਹ ਮੈਨੂੰ ਮਨਜ਼ੂਰ ਹੈ। ਇਹ 500 ਦੀ ਕੋਈ 6 ਵੰਡ ਛੱਡੋ। ਪੁੱਛਣ ਜੋ ਪੁੱਛਣਾ ਨੇ ਅਸੀਂ ਦੱਸ ਦਿੰਨੇ ਆ। ਦੱਸੋ ਜੋ ਤੁਸੀਂ ਪੁੱਛੋਗੇ, ਕਮੈਂਟ ਕਰੋ। ਮੇਰੀ ਵਲੌਗਿੰਗ ਪਸੰਦ ਆਈ ਹੈ? ਭਾਅ ਜੀ ਜੇ ਤੁਹਾਨੂੰ ਮੇਰਾ ਵਲੌਗ ਇੱਦਾਂ ਪਸੰਦ ਆਇਆ ਤਾਂ ਕਮੈਂਟ, ਲਾਈਕ ਅਤੇ ਸ਼ੇਅਰ ਕਰੋ। ਕੋਈ ਸਮਝ ਆਇਆ ਮੈਨੂੰ ਵੀ ਕਿ ਭਾਈ ਭਾਈ ਮੈਂ ਵੀ ਕਰ ਸਕਣਾ ਕੋਈ, ਕਿਉਂ ਜੀ ਭਾਅ ਜੀ? ਕੋਨਫੀਡੈਂਸ ਹੈ ਬਿਲਕੁਲ। ਇਹ ਭਾਈ ਹੋਰੀ ਬੜਾ ਵਿੱਚ ਆ ਰਹੇ ਨੇ ਭਾਅ ਜੀ, ਕੀ ਚਾਹੀਦਾ ਹੈ? ਭਾਅ ਜੀ ਸ਼ਰਮਾ ਗਏ ਨੇ। ਭਾਈ ਜੀ ਕੀ ਕਰਨਾ ਚਾਹੁੰਦੇ ਹੋ? ਭਾਈ ਹੋਰਾਂ ਨੇ ਮੂੰਹ 'ਚ ਪਾਣ ਪਾਇਆ ਹੋਰੇ, ਬਾਹਰ ਬੋਲਦੇ ਨਹੀਂ ਹੈ। ਅਤੇ ਅੱਜ ਦਾ ਵਲੌਗ ਫਿਰ ਇੱਥੇ ਖਤਮ ਕਰਨੇ ਆ, ਅਗਲਾ ਇਨਸ਼ਾਅੱਲਾ ਕੱਲ੍ਹ ਬਣਾਵਾਂਗੇ। ਠੀਕ ਹੈ, ਅੱਲਾ ਹਾਫਿਜ਼। ਅਤੇ ਭਾਅ ਜੀ ਸਾਡੀ ਵੀਡੀਓ ਨੂੰ ਕੀ ਕਰਨਾ ਹੈ? ਲਾਈਕ ਤੇ ਸਬਸਕ੍ਰਾਈਬ ਲਾਜ਼ਮੀ। ਜ਼ਰਾ ਦੁਬਾਰਾ ਦੱਸੋ ਭਾਈ, ਤੇ ਲਾਈਕ ਤੇ ਸਬਸਕ੍ਰਾਈਬ ਲਾਜ਼ਮੀ ਕਰੋ ਪਾਲੀ। ਜੀ ਜੀ ਇਨਸ਼ਾਅੱਲਾ ਜ਼ਰੂਰ ਕਰਿਆ। ਹਾਂ ਜੀ ਜੀ ਭਾਈ ਜਾਨ, ਭਾਈ ਜਾਨ ਜੇ ਤੁਹਾਨੂੰ ਮੇਰਾ ਵਲੌਗ ਇੱਦਾਂ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਹੀ ਕਰਨਾ ਹੈ। ਠੀਕ ਹੈ, ਅਤੇ ਅਗਰ ਮੇਰੇ ਕੋਲ ਗਲਤੀ ਹੋ ਗਈ ਹੈ ਭਾਅ ਜੀ, ਪਹਿਲੀ ਵਾਰੀ ਹੈ ਨਾ, ਫਿਰ ਗਲਤੀ ਹੋ ਜਾਂਦੀ ਹੈ ਤਾਂ ਦੱਸਿਆ ਜੇ ਭਾਅ ਜੀ ਕਿਹੜੀ ਗਲਤੀ ਹੈ। ਠੀਕ ਹੈ, ਅਤੇ ਇਨਸ਼ਾਅੱਲਾ ਉਹਨੂੰ ਅਸੀਂ ਸਹੀ ਕਰਾਂਗੇ। ਬਾਕੀ ਅੱਜ ਦਾ ਵਲੌਗ ਇੱਥੇ ਖਤਮ ਕਰਨਾ। ਠੀਕ ਹੈ, ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ।